बैंक कर्मचारियों वालों दो दिन पहला एक किसान बख्शीश सिंह वासी बस्ती रामलाल नूं बंदी बनाया गया जिस ते 11 लाख रुपए का कर्जा सी। गलबात करन उपरंत एक महीने के अंदर अंदर सारा कर्जा मोड़न की शर्त छड़ दिता गया। बैंक के चेयरमैन का कहना है कि सरकार के कर्जा माफ़ी के लारियां करके ही किसान कर्जे नहीं मोड़ रहे जिस करके किसानों का कर्जा चढ़ता गया है अते किसान डिफाल्टर होंदे गए। उन्होंने कहना है कि किसान कर्जा मोड़न लिए तैयार भी हैं पर वह कर्जे ते लग्या होया ब्याज की माफ़ी चाहते हैं। उन्होंने कहना है कि किसानों तो कर्जा वसूलना बैंक की मजबूरी है जे कर्जा नहीं वसूलिया तो बैंक भी बंद हो सकते हैं। 9 किसान ने जिहड़े डिफाल्टर ने साडे बैंक के 1,42 करोड़ जिहड़ा बैंक का कर्जा है ये कुछ ना सरकारां दी नलायकियां भी ने। मान लो पिछली सरकार ने भी वादा करता भी जिमीदारां नूं कर्जा माफ़ करांगे, एज कैप्टन साहब ने भी कहता भी सारे कर्जे माफ़ करांगे। उहदे करके जिहड़े किसान उह वेसले रहे भी शायद सरकार अज भी करदी कल भी करदी, उह किसानां दा जिहड़ा कर्जा उह वधदा ही गया। हुण जिहड़ा किसान नूं जदों उत्तों अफसर प्रैशर बनाउंदे ने भी इहनां नूं फड़ो जां इहनां नूं बटंट पाए इहनां नूं अंदर दिओ, उह फिर किसान कदी तो आंदे भी कणकां दे झाड़ घट गए ने, कदी उह आंदे भी माफ़ करो सानूं ਵੀ ਇੰਨੇ ਪੈਸੇ ਅਸੀਂ ਕਿੱਥੋਂ ਦਈਏ। ਕਦੇ ਉਹ ਜਦੋਂ ਬੈਂਕ ਮੁਲਾਜ਼ਮ ਜਾਂਦੇ ਨੇ ਉਹ ਆਉਂਦੇ ਵੀ ਸਾਨੂੰ ਅਸੀਂ ਮੂਲ ਦਾ ਮੂਲ ਦੇਣਾ ਵਿਆਜ ਨਹੀਂ ਦੇਣਾ। ਇਹ ਨਾ ਬਹੁਤ ਤਕੜੀਆਂ ਸਮੱਸਿਆ ਜਿਹੜੀਆਂ ਜ਼ਿਮੀਂਦਾਰਾਂ ਦਾ ਕਰਜ਼ਾ ਇੰਨਾ ਵੱਧ ਚੁੱਕਾ ਵੀ ਉਹ ਜ਼ਿਮੀਂਦਾਰ ਤਾਰਨ ਤੋਂ ਬਹੁਤ ਸਮਰੱਥ ਹੈ। ਅਤੇ ਇਸ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ, ਕਿਸਾਨਾਂ ਦੇ ਗ੍ਰਿਫਤਾਰ ਵੀ ਕੀਤੇ ਗਏ? ਵੇਖੋ ਜੀ, ਅਫਸਰਾਂ ਦੇ ਹੁਕਮਾਂ ਬਾਅਦ ਜਿਵੇਂ ਕੋਈ ਬਰੰਟ ਨੇ ਬਰੰਟ ਆਏ ਨੇ ਉਸ ਹਿਸਾਬ ਨਾਲ ਉਹ ਜਾਂਦੇ ਨੇ ਬੈਂਕ ਵਾਲੇ, ਕਈ ਤੋਂ ਟਾਈਮ ਲੈ ਲੈਂਦੇ ਨੇ ਕਿ ਅਸੀਂ ਮਹੀਨੇ ਨੂੰ ਜਾਂ ਹਿਸਾਬ ਕਰਾ ਕੇ ਅੜਤੀਆਂ ਦਾ, ਉਸ ਤੋਂ ਬਾਅਦ ਕਰਦੇ ਹਾਂ ਤੁਹਾਡੇ ਨਾਲ ਸੈਟਲ ਕਰ। ਕਿਸਾਨ ਨੂੰ ਗ੍ਰਿਫਤਾਰ ਵੀ ਕੀਤਾ? ਕਿਸਾਨ ਗ੍ਰਿਫਤਾਰ ਨਹੀਂ ਕੀਤਾ ਕੋਈ ਵੀ, ਉਹ AR ਸਾਹਿਬ ਦੇ ਮੁਲਾਜ਼ਮਾਂ ਨੇ ਪੇਸ਼ ਕੀਤਾ, ਲਿਆ ਕੇ AR ਸਾਹਿਬ ਨੇ ਟਾਈਮ ਲਿਆ। ਕਿਸਾਨ ਦਾ ਬਖਸ਼ੀਸ਼ ਸਿੰਘ ਸਾਨੋ ਦਰਬਾਰਾ ਸਿੰਘ ਬਸਤੀ ਰਾਮ ਬਲਵੰਤ ਸਿੰਘ। ਕਿੰਨਾ ਕਰਜ਼ਾ ਸੀ ਉਸ ਕਿਸਾਨ ਦੇ ਉੱਤੇ ਜਿਹਨੂੰ ਤੁਸੀਂ ਫੜ ਕੇ ਲਿਆਏ ਸੀ? ਮੇਰੇ ਹਿਸਾਬ ਨਾਲ 10-12 ਲੱਖ ਦਾ ਕਰਜ਼ਾ ਸੀ ਉਹਦੇ ਸਿਰ। ਫੜ ਕੇ ਲਿਆ ਕੇ ਕਿੱਥੇ ਪੇਸ਼ ਕੀਤਾ? ਉਹ AR ਸਾਹਿਬ ਦੇ ਮੁਲਾਜ਼ਮ। ਫਿਰ ਕੀ ਕੀਤਾ ਹੁੰਦਾ? ਉਹ ਟਾਈਮ ਲੈ ਗਿਆ ਜੀ ਮਹੀਨੇ ਦਾ, ਮਹੀਨੇ ਬਾਅਦ ਮੈਂ ਪੇਮੈਂਟ ਦੇ ਦਿਆਂਗਾ ਤੈਨੂੰ, ਮੈਂ ਸੈਟਿੰਗ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਹੋਰ ਕਿਸਾਨਾਂ ਦੇ ਕੀ ਵਰੰਟ ਜਾਰੀ ਜਿਹੜੇ ਕੀਤੇ ਨੇ ਤੇ ਕਿ ਉਹਨਾਂ ਦੀ ਵੀ ਕਾਰਵਾਈ ਹੋਊਗੀ? ਵੇਖੋ ਜੀ, ਹੁਣ ਵਸੂਲੀ ਤਾਂ ਕਰਨੀ ਹੈ ਜੀ, ਵਸੂਲੀ ਜੇ ਨਹੀਂ ਹੁੰਦੀ ਤੇ ਬੈਂਕ ਬਿਲਕੁਲ ਫੇਲ ਹੋ ਜਾਏਗਾ ਇਸ ਤਰ੍ਹਾਂ ਦਾ, ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਔਖੀਆਂ ਹੋ ਜਾਣੀਆਂ। ਇੱਕ ਪਾਸੇ ਤਾਂ ਆਪਾਂ ਨੇ ਸਰਕਾਰੀ ਨੌਕਰੀਆਂ ਚਾਹੀਦੀਆਂ, ਦੂਜੇ ਪਾਸੇ ਆਪਾਂ ਕੋਲ ਸਾਰਾ ਕੁਝ ਫ੍ਰੀ ਮੰਗਦੇ ਹਾਂ, ਤੇ ਇਹ ਤਾਂ ਫਿਰ ਹੁਣ ਜ਼ਿਮੀਂਦਾਰਾਂ ਨੂੰ ਕਰਨਾ। ਕੀ ਮੈਸੇਜ ਦਿਓ? ਮੈਸੇਜ ਵੇਖੋ ਜੀ, ਸਰਕਾਰ ਨੂੰ ਵੀ ਚਾਹੀਦਾ ਜਾਂ ਤਾਂ ਕੋਈ ਪਾਲਿਸੀ ਬਣਾਵੇ ਨਵੀਂ ਸਰਕਾਰ ਤੋਂ ਉਮੀਦ, ਜਾਂ ਕਿਸਾਨਾਂ ਨਾਲ ਕੋਈ ਇਹਨਾਂ ਨੂੰ ਕਰਜ਼ਾ ਮਾਫੀ ਦੇਵੇ ਜਾਂ ਇਹਨਾਂ ਦਾ ਵਿਆਜ ਮਾਫ ਕਰੇ, ਕਿਉਂ ਜ਼ਿਮੀਂਦਾਰਾਂ ਨੂੰ ਵੀ ਇੰਨਾ ਔਖਾ, ਬਹੁਤ ਜ਼ਿਆਦਾ ਔਖਾ ਜਿਹੜਾ। ਹੁਣ ਮੰਨ ਲਓ ਕਈਆਂ ਦਾ 20-20 ਲੱਖ ਰੁਪਈਆ ਬਣਿਆ ਪਿਆ, ਕਈਆਂ ਦਾ 15-15 ਲੱਖ ਰੁਪਈਆ ਬਣਿਆ ਪਿਆ, ਉਹ ਕਿਸਾਨ ਦੇ ਐਤਕਾਂ ਕਣਕਾਂ ਦੇ ਵੀ ਝਾੜ 30 ਮਣ ਤੋਂ 35 ਮਣ ਤੱਕ ਝਾੜ ਹੈ ਕਣਕਾਂ ਦੇ, ਕਿਸਾਨ ਆਪਦੀ ਦਾਂ 'ਤੇ ਸੱਚਾ ਜੀ ਵੀ ਕਿਸਾਨ ਤਾਂ ਪਹਿਲਾਂ ਹੀ ਮਰੇ ਨੇ ਵੈਸੇ ਹੀ ਟੋਟਲੀ, ਮਹਿੰਗਾਈ ਇੰਨੀ ਹੈ, ਡੀਜ਼ਲ ਕਿੰਨੇ ਮਹਿੰਗੇ, ਸਾਰਾ ਕਿਸਾਨ ਆਪਦੀ ਤਾਂ ਸੱਚਾ, ਸਰਕਾਰ ਆਪਦੀ ਤਾਂ ਸੱਚੀ ਹੈ। ਇਸ ਸੀਜ਼ਨ 'ਚ ਤੁਸੀਂ ਕਿੰਨੇ ਕਿਸਾਨਾਂ ਨੂੰ ਜਿਹੜੇ ਹੈਗੇ ਵਰੰਟ ਜਾਰੀ ਕਰਤੇ ਆ? ਅੱਜ ਸਰ ਜੀ 19 ਤਰੀਕ ਨੂੰ ਗਏ ਸੀ, 19 ਤਰੀਕ ਨੂੰ ਗਏ ਸੀ ਅਤੇ ਉਹਨਾਂ ਦੇ ਵਰੰਟ ਸੀਗੇ, ਮੈਂ ਮਨੇਜ ਸਾਹਿਬ ਅਤੇ 4-5 ਮੁਲਾਜ਼ਮ ਸੀਗੇ ਉੱਥੇ, ਉਹਨੂੰ ਅਸੀਂ ਲੈਂਦਾ AR ਸਾਹਿਬ ਦੇ ਪੇਸ਼ ਕੀਤਾ ਸੀ, AR ਸਾਹਿਬ ਨੇ ਉਹਨਾਂ ਨੂੰ ਟਾਈਮ ਦੇ ਕੇ ਅਤੇ ਛੱਡਤਾ। ਕਿਹੜੇ ਕਿਹੜੇ ਕਿਸਾਨ ਸੀ, ਕੀ ਨਾਮ ਸੁਣਾ? ਬਖਸ਼ੀਸ਼ ਸਿੰਘ ਸਾਨੂੰ, ਬਲਵੰਤ ਸਿੰਘ ਬਸਤੀ ਰਾਮ ਨਾਲ। ਬਸਤੀ ਰਾਮ ਕਿੰਨਾ ਕੁ ਦਾ ਕਰਜ਼ਾ ਸੀ? ਉਹਨਾਂ ਦੇ 2 ਖਾਤੇ ਹੈ ਜੀ, ਇੱਕ ਤਾਂ ਕਰੀਬ 12 ਲੱਖ ਤੋਂ ਉੱਪਰ ਡਿਫਾਲਟਰ ਹੈ, ਇੱਕ ਕੋਈ 8-9 ਲੱਖ ਦੇ ਕਰੀਬ ਡਿਫਾਲਟਰ ਹੈ। ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ? ਨਹੀਂ ਜੀ, ਗ੍ਰਿਫਤਾਰ ਉੱਥੋਂ AR ਸਾਹਿਬ ਦੇ ਕੋਲ ਲਿਆਂਦਾ ਸੀ, ਉਹਨਾਂ ਨੇ ਅਗਾਂਹ ਕਾਰਵਾਈ ਕਰਨੀ ਸੀਗੀ ਅਤੇ ਵਰੰਟ ਸੀਗੇ ਉਹਨਾਂ ਦੇ ਅਤੇ ਉਹਨਾਂ ਨੇ ਉੱਥੋਂ ਟਾਈਮ ਲੈ ਕੇ ਦਿੱਤੇ। ਕਿੰਨੇ ਕੁ ਹੋਰ ਇਹੋ ਜਿਹੇ ਵਰੰਟ ਤੁਹਾਡੇ ਵੱਲੋਂ ਜਾਰੀ ਕਰ ਦਿੱਤੇ ਗਏ? ਵਰੰਟ ਕਰੀਬ ਆਪਣੇ ਕੋਲ ਹੋਣਗੇ ਕੋਈ 200-210 ਦੇ ਕਰੀਬ ਹੋਣਗੇ। ਕੀ ਹੁਣ ਕਰਨ ਲੱਗੇ ਹੋ ਤੁਸੀਂ? ਵਰੰਟ ਉਹਨਾਂ ਜਾਰੀ ਕਰਕੇ ਅਤੇ ਉਹਨਾਂ ਗ੍ਰਿਫਤਾਰੀ ਵੀ ਹੋਊਗੀ ਫਿਰ ਇਸ ਹਿਸਾਬ? ਦੇਖੋ ਜੀ, ਹੁਣ ਗ੍ਰਿਫਤਾਰੀ ਤਾਂ ਅਫਸਰਾਂ ਦਾ ਹੁਕਮ ਹੋਊਗਾ, ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਹੀ ਸਾਡੇ ਤੋਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।